ਸਤਿ ਸ਼੍ਰੀ ਅਕਾਲ ਜੀ, ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਅੱਜ ਫਿਰ ਮੈਂ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਰਿਆਂ ਦੇ ਨਾਲ ਹਾਜ਼ਰ ਹਾਂ। ਅੱਜ ਫਿਰ ਮੈਂ ਖੱਦਰ ਦੇ ਬਾਗ ਤੁਹਾਨੂੰ ਵਿਖਾਊਂਗੀ, ਲਾਲ ਰੰਗ ਦੇ ਅਤੇ ਇੱਕ ਮਸਟਰਡ ਰੰਗ ਦੇ ਬਰਾਊਨ ਕਲਰ ਦੇ ਵਿੱਚ ਤਿੰਨ ਚਾਰ ਬਾਗ ਵਿਖਾਊਂਗੀ। ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਿਓ। ਤੁਹਾਨੂੰ ਜਿਵੇਂ ਪਤਾ ਹੈ, ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਹੱਥ ਦੇ ਬਾਗ, ਫੁਲਕਾਰੀਆਂ, ਪੱਖੀਆਂ, ਝੋਲੇ, ਹੋਰ ਵੀ ਬਹੁਤ ਸਾਰੀਆਂ ਰਵਾਇਤੀ ਚੀਜ਼ਾਂ ਮਿਲ ਜਾਂਦੀਆਂ। ਪੱਟੀ ਆ ਕੇ ਵੀ ਤੁਸੀਂ ਖਰੀਦ ਸਕਦੇ ਹੋ। ਸਾਡਾ ਪਤਾ ਹੈਗਾ ਜੀ, ਪ੍ਰਵੀਨ ਫੁਲਕਾਰੀ ਹਾਊਸ, M636/12, ਲਾਹੌਰ ਰੋਡ, ਪੱਟੀ, ਜ਼ਿਲ੍ਹਾ ਸਾਡਾ ਤਰਨ ਤਾਰਨ, ਸ਼ਹਿਰ ਪੱਟੀ ਆ। ਤੁਸੀਂ ਆ ਕੇ ਵੀ ਸਾਡੇ ਕੋਲ ਟ੍ਰੈਡੀਸ਼ਨਲ ਚੀਜ਼ਾਂ ਜਿਹੜੀਆਂ ਖਰੀਦ ਸਕਦੇ ਹੋ। ਜਿਹੜਾ ਮੈਂ ਲਿਆ ਹੋਇਆ ਇਹ ਕੌਫੀ ਕਲਰ 'ਤੇ ਬਾਗ ਆ, ਅਤੇ ਡਬਲ ਕਰਕੇ ਬਾਗ ਲਿਆ, 2.5 ਮੀਟਰ ਲੰਬਾ ਹੈ, 1.5 ਮੀਟਰ ਚੌੜਾ। ਖੱਦਰ 'ਤੇ ਬਾਗ ਜਿਹੜੇ ਆ ਸਾਡੇ ਕੋਲ ਅਵੇਲੇਬਲ ਹੁੰਦੇ ਆ। ਸਾਡੇ ਕੋਲ ਤਕਰੀਬਨ ਅਲੱਗ ਅਲੱਗ ਤਰੀਕੇ ਦੇ ਬਹੁਤ ਸਾਰੀਆਂ ਵਰਾਇਟੀ ਦੀਆਂ ਟੂਲ ਦੀਆਂ ਫੁਲਕਾਰੀਆਂ, ਪਸ਼ਮੀਨੇ ਦੇ ਸ਼ੋਲ, ਖੱਦਰ ਦੇ ਵਿਆਹਾਂ ਦੇ ਲਈ, ਤੁਹਾਡੇ ਵਿਆਹਾਂ ਸ਼ਾਦੀਆਂ ਦੇ ਲਈ, ਲਾਵਾਂ ਫੇਰਿਆਂ ਦੇ ਲਈ ਕੁੜਤੇ, ਪਸ਼ਮੀਨੇ 'ਤੇ ਲੋਈਆਂ, ਟੂਲ ਦੀਆਂ ਫੁਲਕਾਰੀਆਂ, ਕੋਟਨ ਦੀਆਂ ਫੁਲਕਾਰੀਆਂ, ਸੋ ਹੋਰ ਵੀ ਬਹੁਤ ਸਾਰੀਆਂ ਰਵਾਇਤੀ ਚੀਜ਼ਾਂ ਜਿਹੜੀਆਂ ਮਿਲ ਜਾਂਦੀਆਂ। ਸ਼ੁਰੂਆਤ ਕਰਦੇ ਹਾਂ ਅੱਜ ਜਿਹੜੇ ਮੈਰੂਨ ਕਲਰ ਦੇ, ਲਾਲ ਮੈਰੂਨ ਮਿਡਲ ਜਿਹਾ ਕਲਰ ਆ ਇਸ ਕਲਰ ਦੇ ਬਾਗ ਦੇ ਉੱਤੇ। ਸੋ ਇਹ ਹੈਗਾ ਜੀ 2.5 ਮੀਟਰ ਲੰਬਾ, 1.5 ਮੀਟਰ ਚੌੜਾ, ਖੱਦਰ 'ਤੇ ਬਣਿਆ ਹੋਇਆ ਬਾਗ ਆ ਜੀ। ਮੈਂ ਹਰ ਵੀਡੀਓ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਦੀ ਹਾਂ ਕਿ ਵਿਖਾ ਵੀ ਦਿੰਦੀ ਹਾਂ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵੀਡੀਓ ਨੂੰ ਜ਼ਿਆਦਾ ਵੱਡਾ ਨਾ ਕਰਦੇ ਹੋਏ ਛੋਟੀ ਵੀਡੀਓ ਤੁਹਾਨੂੰ ਦਿਖਾਈਏ, ਕਿਉਂਕਿ ਤੁਸੀਂ ਪੂਰੀ ਵੀਡੀਓ ਵੇਖ ਸਕਦੇ ਹੋ। ਇਹ ਹੱਥ ਦੇ ਨਾਲ ਤਿਆਰ ਕੀਤਾ। ਸੋ ਮੈਨੂੰ ਨਾ ਇੱਕ ਤੁਹਾਡਾ ਸਵਾਲ, ਮੈਂ ਤੁਹਾਨੂੰ ਬਹੁਤ ਸਵਾਲ ਅੱਜ ਕਲੀਅਰ ਵੀ ਕੁਛ ਕਰ ਦਿੰਦੀ ਹਾਂ ਹਰ ਵੀਡੀਓ ਦੇ ਵਿੱਚ, ਕੋਸ਼ਿਸ਼ ਹੁੰਦੀ ਹੈ ਕਿ ਮੈਂ ਕਰਦਾ। ਇੱਕ ਤਾਂ ਸੂਈ ਦੇ ਨਾਲ ਫਰੇਮ ਦੇ ਨਾਲ ਕੱਢਿਆ ਜਾਂਦਾ, ਦੂਜੀ ਇਹਦੀ ਇਹ ਜਦੋਂ ਬਾਗ ਆ, ਜੇ ਤੁਹਾਨੂੰ ਕੋਈ ਕਹੇ 1 ਮਹੀਨੇ 'ਚ ਤਿਆਰ ਕਰਦਾ ਜਾਂ 15 ਦਿਨਾਂ 'ਚ ਤਿਆਰ ਕਰਦਾ, ਕਦੀ ਨਹੀਂ ਹੁੰਦਾ। ਬਾਗ ਨੂੰ ਹਮੇਸ਼ਾ 1.5 ਤੋਂ 2 ਮਹੀਨੇ, ਪੁਰਾਣੀਆਂ ਸਵਾਣੀਆਂ ਨੂੰ 3-3, 4-4 ਸਾਲ ਲਾ ਦਿੰਦੀਆਂ ਸੀਗੀਆਂ। ਅੱਜ ਕੱਲ੍ਹ ਜਿਹੜਾ 2-2.5 ਮਹੀਨੇ, 3 ਮਹੀਨੇ ਪ੍ਰੈਕਟਿਸ ਜਿਨ੍ਹਾਂ ਨੂੰ ਹੁੰਦੀ ਆ ਉਹ ਕੱਢ ਸਕਦੇ ਆ, ਕਿਉਂਕਿ ਜਿਨ੍ਹਾਂ ਨੇ ਰੈਗੂਲਰ ਕੰਮ ਕਰਨਾ। ਪਹਿਲਾਂ ਤਾਂ ਬਹੁਤ ਪਿਆਰ ਨਾਲ ਕਦੀ ਕੱਢ ਲਿਆ ਕਦੀ ਨਾ ਕੱਢ ਲਿਆ ਬਾਗ ਲਾ ਲੈਂਦੇ ਹੁੰਦੇ ਸੀਗੇ। ਇਹ ਜਿਹੜਾ ਬਾਗ ਹੈ 2.5 ਮੀਟਰ ਲੰਬਾ, 1.5 ਮੀਟਰ ਚੌੜਾ, ਖੱਦਰ 'ਤੇ ਤਿਆਰ ਕੀਤਾ ਹੋਇਆ ਮੈਰੂਨ ਕਲਰ, ਇਹਨੂੰ 3 ਮਹੀਨੇ ਲੱਗ ਗਿਆ ਬਾਗ ਨੂੰ। ਅਤੇ ਤੁਸੀਂ ਮੈਨੂੰ ਕਹਿ ਦਿੰਦੇ ਹੋ ਮੈਡਮ ਜਲਦੀ ਤਿਆਰ ਕਰ ਦਿਉ, ਜਦੋਂ ਇਹ ਚੀਜ਼ ਆਊਟ ਆਫ ਸਟੋਕ ਜਾਂਦੀ ਹੈ, ਪਿੱਛੋਂ ਵੀ ਵੇਖ ਸਕਦੇ ਹੋ ਗੰਢਾਂ ਤੋਂ, ਜਦੋਂ ਕੋਈ ਚੀਜ਼ ਆਊਟ ਆਫ ਸਟੋਕ ਜਾਂਦੀ ਹੈ, ਜੇ ਉਹਦੇ ਨਾਲ ਦੀ ਅਵੇਲੇਬਲ ਹੋਵੇ ਅਸੀਂ ਤੁਹਾਨੂੰ ਨਾਲ ਦੇ ਨਾਲ ਹੀ ਦੇ ਦਿੰਦੇ ਹਾਂ, ਪਰ ਜੇ ਉਹ ਆਊਟ ਆਫ ਸਟੋਕ ਜਾਂਦੀ ਹੈ ਫਿਰ ਦੁਬਾਰਾ ਬਣਾਉਣੀ ਪੈਂਦੀ ਆ, ਉਹਨੂੰ 2-2.5 ਮਹੀਨੇ ਲੱਗਦੇ ਆ ਜੀ। ਤੁਸੀਂ ਪਹਿਲਾਂ ਵਿਆਹਾਂ ਦੇ ਲਈ ਔਰਡਰ ਸਾਡੇ ਕੋਲ ਬੁੱਕ ਕਰਵਾ ਸਕਦੇ ਹੋ। ਘੱਟੋ ਘੱਟ ਕੋਸ਼ਿਸ਼ ਕਰਿਆ ਕਰੋ 2-2.5 ਮਹੀਨੇ ਪਹਿਲਾਂ ਬੁੱਕ ਕਰਾਉਣ ਦੀ। ਮੈਂ ਹਰ ਇੱਕ ਨੂੰ ਕਹਿੰਦੀ ਹਾਂ ਕਿ ਚਲਾਵਾਂ ਕੰਮ, ਫਿਰ ਜਿੰਨਾ ਜਲਦੀ ਕਰਾਓਗੇ ਉਹਦਾ ਕੋਈ ਫਾਇਦਾ ਨਹੀਂ ਹੈ। ਤੁਸੀਂ ਚੀਜ਼ਾਂ ਨੂੰ ਸਮਾਂ ਦਿਆ ਕਰੋ, ਕਿਉਂਕਿ ਹੱਥ ਦੀ ਚੀਜ਼ ਨੂੰ ਹਮੇਸ਼ਾ ਸਮਾਂ ਮੰਗਦੀ ਆ। ਇਹ ਘੱਟੋ ਘੱਟ ਟ੍ਰੈਡੀਸ਼ਨਲ ਚੀਜ਼ਾਂ ਨੂੰ ਤਾਂ ਜਿਹੜਾ ਸਮਾਂ ਦਿਆ ਕਰੋ। ਇਹ ਜਿਹੜਾ ਖੱਦਰ 'ਤੇ ਮੈਰੂਨ ਕਲਰ ਦੇ ਉੱਤੇ ਤਿਆਰ ਕੀਤਾ ਹੋਇਆ ਬਾਗ ਆ, ਪਿੱਛੋਂ ਵੀ ਵੇਖ ਸਕਦੇ ਹੋ ਡਿਜ਼ਾਈਨ ਸਾਰਾ, 2.5 ਮੀਟਰ ਲੰਬਾ, 1.5 ਮੀਟਰ ਚੌੜਾ। ਸੋ ਹੁਣ ਇੱਕ ਸਵਾਲ ਹੋਰ ਮੈਨੂੰ ਬੜਾ ਆਉਂਦਾ, ਤੁਸੀਂ ਇਹਨਾਂ ਸਾਈਡਾਂ 'ਤੇ ਕਿਉਂ ਨਹੀਂ ਕੁਛ ਕਰਕੇ ਦਿੰਦੇ, ਤੁਸੀਂ ਇਹਨਾਂ ਨੂੰ ਤਰਪਾਈ ਕਰਦਿਆ ਕਰੋ। ਬਹੁਤ ਕਈ ਜ਼ਿਲ੍ਹਿਆਂ ਦੇ ਵਿੱਚ ਤਰਪਾਈ ਹੁੰਦੀ ਆ, ਕਈਆਂ ਦੇ ਵਿੱਚ ਕਰੋਸ਼ੀਆ ਕਰਾ ਦਿੰਦੇ ਹੁੰਦੇ ਸੀ, ਕਈਆਂ ਦੇ ਵਿੱਚ ਜਿਹੜਾ ਬਟਨ ਹੋਲ ਸਟਿੱਚ ਆ, ਜਿਨ੍ਹਾਂ ਨੇ ਫੁਲਕਾਰੀ ਕਦੀ ਕੱਢੀ ਹੁੰਦੀ ਆ, ਜਿਹੜਾ ਬਟਨ ਹੋਲ ਸਟਿੱਚ ਆ ਉਹ ਕਰਵਾ ਦਿੰਦੇ ਆ। ਅਸੀਂ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ ਕਰਾਉਂਦੇ ਹਾਂ। ਜਦੋਂ ਤੁਸੀਂ ਇਹ ਬਾਗ ਪਰਚੇਸ ਕਰਦੇ ਹੋ, ਜੇ ਤੁਸੀਂ ਮੈਨੂੰ ਕਹਿੰਦੇ ਹੋ ਇਹਦੇ 'ਤੇ ਕਰੋਸ਼ੀਆ ਕਰਵਾ ਦਿਉ, ਮੈਂ ਕਰੋਸ਼ੀਆ ਕਰਵਾ ਦਿੰਦੀ ਹਾਂ, ਬਟਨ ਹੋਲ ਸਟਿੱਚ ਕਹੋਗੇ ਬਟਨ ਹੋਲ ਸਟਿੱਚ ਕਰਵਾ ਦਿੰਦੀ ਹਾਂ,
ਜਿੱਦਾਂ ਤੁਸੀਂ ਕਹੋਗੇ ਅਸੀਂ ਉੱਦਾਂ ਹੀ ਜਿਹੜਾ ਬਾਗ ਤੁਹਾਨੂੰ ਜਿਹੜਾ ਤਿਆਰ ਕਰਕੇ ਦਿੰਦੇ ਹਾਂ। ਸੋ ਇਹ 2.5 ਮੀਟਰ ਲੰਬੇ 1.5 ਮੀਟਰ ਚੌੜੇ ਖੱਦਰ 'ਤੇ ਬਾਗ ਹੁੰਦੇ ਆ। ਇਹ ਇੱਕ ਜਿਹੜਾ ਇਹ ਮੈਰੂਨ ਕਲਰ ਦੇ ਬੇਸ 'ਤੇ ਜਿਹੜਾ ਬਾਗ ਹੈਗਾ। ਪੱਟੀ ਤੁਸੀਂ ਆ ਕੇ ਵੀ ਖਰੀਦ ਸਕਦੇ ਹੋ, ਜ਼ਿਲ੍ਹਾ ਸਾਡਾ ਤਰਨ ਤਾਰਨ ਆ, ਸ਼ਹਿਰ ਪੱਟੀ ਆ, ਆ ਕੇ ਵੀ ਤੁਸੀਂ ਇੱਥੇ ਬਾਗ ਖਰੀਦ ਸਕਦੇ ਹੋ। ਦੂਸਰਾ ਬਾਗ ਮਸਟਰਡ ਕਲਰ 'ਤੇ ਮੈਂ ਤੁਹਾਨੂੰ ਦਿਖਾ ਰਹੀ ਹਾਂ, ਇਹ ਸਭ ਨੇ ਬਹੁਤ ਪਸੰਦ ਕੀਤਾ ਸੀ। ਮੈਂ ਮੈਰੂਨ ਕਲਰ ਦੇ ਬੇਸ 'ਤੇ ਵੀ ਵਿਖਾਇਆ ਸੀਗਾ। ਸੋ ਇਹ ਵੇਖ ਸਕਦੇ ਹੋ, ਇਹ ਵੇਖ ਸਕਦੇ ਹੋ, ਇੱਕ ਵੀਡੀਓ ਦੇ ਵਿੱਚ, ਪੁਰਾਣੀ ਕਿਸੇ ਵੀਡੀਓ ਦੇ ਵਿੱਚ ਮੈਂ ਹੋਰ ਵੀ ਦਿਖਾਇਆ ਹੋਇਆ। ਇਹ ਨਵਾਂ ਬਾਗ ਇਹ ਮੈਰੂਨ ਕਲਰ ਦੇ ਬੇਸ 'ਤੇ ਵੀ ਵਿਖਾਇਆ ਸੀਗਾ। ਇਹ ਮਸਟਰਡ ਕਲਰ ਦਾ 2.5 ਮੀਟਰ ਲੰਬਾ 1.5 ਮੀਟਰ, ਇਹ ਮੈਂ ਫੋਲਡ ਕੀਤਾ ਹੋਇਆ। ਹੁਣ ਮੈਨੂੰ ਸਾਰੇ ਕਹਿ ਦੇਣਗੇ ਇੰਨਾ ਛੋਟਾ ਵਾ, ਇਹ ਫੋਲਡ ਕੀਤਾ ਹੋਇਆ, ਤਹਿ ਲਾਈ ਹੋਈ ਹੈ ਜੀ ਇਹਦੀਆਂ। ਸੋ ਪਿੱਛੋਂ ਵੀ ਵੇਖ ਸਕਦੇ ਹੋ, ਹੱਥ ਦੇ ਬਾਗ, ਫੁਲਕਾਰੀਆਂ, ਪੱਖੀਆਂ, ਝੋਲੇ, ਬਹੁਤ ਸਾਰੀਆਂ ਰਵਾਇਤੀ ਚੀਜ਼ਾਂ ਸਾਡੇ ਕੋਲ ਮਿਲ ਜਾਂਦੀਆਂ। ਇਹ ਵੀ ਡਿਜ਼ਾਇਨ ਤੁਸੀਂ ਮੈਰੂਨ 'ਤੇ ਵੀ ਲੈ ਸਕਦੇ ਹੋ, ਅਤੇ ਇਹ ਮੈਰੂਨ 'ਤੇ ਕਸਟਮਾਈਜ਼ ਕਰਾ ਸਕਦੇ ਹੋ। ਇਹ ਮਸਟਰਡ ਕੋਈ ਵੀ ਸਾਡਾ ਡਿਜ਼ਾਇਨ ਜਿਹੜਾ ਹੈ ਉਹ ਤੁਸੀਂ ਮੈਰੂਨ 'ਤੇ ਵੀ ਕਸਟਮਾਈਜ਼ ਕਰਾ ਸਕਦੇ ਹੋ, ਅਤੇ ਜਿਹੜਾ ਮਸਟਰਡ 'ਤੇ ਵੀ ਲੈ ਸਕਦੇ ਹੋ, ਬਰਾਊਨ 'ਤੇ ਵੀ ਲੈ ਸਕਦੇ ਹੋ, ਇਹ ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਕਾਹਦੇ 'ਤੇ ਲੈਣਾ। ਵੈਸੇ ਇਹ ਮਸਟਰਡ 'ਤੇ ਵੀ ਬਹੁਤ ਓਨਾ ਹੀ ਜੱਚ ਰਿਹਾ ਜਿੰਨਾ ਮੈਰੂਨ 'ਤੇ ਜੱਚਦਾ। ਸੋ ਇਹ ਅਵੇਲੇਬਲ ਹੈਗਾ। ਖੱਦਰ ਦੇ ਬ੍ਰਾਈਡਲ ਕੁੜਤੇ ਲਾਵਾਂ ਫੇਰਿਆਂ ਦੇ ਲਈ ਵੀ ਤੁਸੀਂ ਤਿਆਰ ਕਰਾ ਸਕਦੇ ਹੋ। ਤੁਸੀਂ ਲਾਵਾਂ ਫੇਰਿਆਂ ਦੇ ਲਈ ਘੱਟੋ ਘੱਟ ਜਿਹੜਾ 1-1.5 ਮਹੀਨਾ ਪਹਿਲਾਂ ਦੇ ਕੇ ਤਿਆਰ ਕਰਾ ਸਕਦੇ ਹੋ। ਅੰਤ ਦੇ ਵਿੱਚ ਫਿਰ ਮੇਰੀ ਇੱਕ ਵਾਰ ਬੇਨਤੀ ਆ, ਆਹ ਵੀ ਹੈਗਾ ਜੀ, ਇਹ ਕੌਫੀ ਕਲਰ ਦੇ ਉੱਤੇ ਜਿਹੜਾ ਮੈਂ ਲਿਆ ਹੋਇਆ, ਇਹ ਕੌਫੀ ਕਲਰ ਦੇ ਉੱਤੇ ਆ, ਪਿੱਛੋਂ ਵੀ ਵੇਖ ਸਕਦੇ ਹੋ ਸਾਰਾ ਬਾਗ। ਇਹਦੀ ਪ੍ਰੋਪਰ ਇੱਕ ਵੀਡੀਓ ਮੈਂ ਇੰਸਟਾਗ੍ਰਾਮ ਸਾਡਾ ਫੁਲਕਾਰੀ ਹਾਊਸ ਕਰਕੇ ਹੈਗਾ, ਉਹਦੇ 'ਤੇ ਪਾਈ ਹੋਈ ਆ। ਅੰਤ ਦੇ ਵਿੱਚ ਮੇਰੀ ਬੇਨਤੀ ਆ, ਊੜੇ ਆੜੇ ਵਾਲੇ ਝੋਲੇ ਹੁੰਦੇ ਆ ਸਾਡੇ ਕੋਲ, ਹਰ ਘਰ ਊੜੇ ਆੜੇ ਵਾਲਾ ਝੋਲਾ ਜ਼ਰੂਰ ਖਰੀਦੋ। ਵਿਆਹਾਂ ਸ਼ਾਦੀਆਂ ਦੇ ਲਈ ਇਹ ਸਾਡੇ ਕੋਲ ਇਕੱਠੇ ਖਰੀਦ ਸਕਦੇ ਹੋ, ਇਹ ਅਵੇਲੇਬਲ ਹੁੰਦੇ ਆ। 600 ਰੁਪਏ ਦਾ ਇੱਕ ਝੋਲਾ ਹੁੰਦਾ। ਬੇਨਤੀ ਫਿਰ ਇਹ ਹੈ ਕਿ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰ ਦਿਓ, ਅਤੇ ਇੱਕ ਲਾਈਨ ਦੇ ਵਿੱਚ ਹਮੇਸ਼ਾ ਬੇਨਤੀ ਮੇਰੀ ਅੰਤ ਦੇ ਵਿੱਚ ਹੁੰਦੀ ਹੈ, ਖਰੀਦੋ ਬਾਗ ਫੁਲਕਾਰੀਆਂ, ਖਰੀਦੋ। ਕਿਉਂ ਖਰੀਦੋ? ਜ਼ਰੂਰੀ ਨਹੀਂ ਇਕੱਲੇ ਪ੍ਰੋਫਿਟ ਬਿਜ਼ਨਸ ਦੇ ਲਈ, ਤੁਸੀਂ ਆਪਣੀ ਪੰਜਾਬ ਦੀ ਸੱਭਿਆਚਾਰ, ਇਹ ਰਵਾਇਤੀ ਕਢਾਈ ਆ, ਇਹ ਇੱਕ ਹੀ ਚੀਜ਼ ਤੁਸੀਂ ਪੀੜ੍ਹੀ ਦਰ ਪੀੜ੍ਹੀ ਗਿਫਟ ਕਰ ਦੇ ਕੇ ਜਾ ਸਕਦੇ ਹੋ। ਤਾਂ ਇੱਕ ਜੇ ਮਹਿੰਗੀ ਕੋਸਟਿੰਗ ਚੀਜ਼ ਤੁਸੀਂ ਗਿਫਟ ਕਰਦੇ ਹੋ, ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਤੱਕ ਇਹ ਗਿਫਟ ਪਰਪਸ ਦੇ ਲਈ ਜਿਹੜੀ ਆ ਜਾਂਦੀ ਹੈ। ਸੋ ਇਹਨਾਂ ਨੂੰ ਨਾ ਧੋਣਾ ਹੈ ਆਪਾਂ, ਨਾ ਇਹਨਾਂ ਨੂੰ ਡਰਾਈ ਕਲੀਨ ਕਰਾਉਣਾ, ਇਹ ਪੀੜ੍ਹੀ ਦਰ ਪੀੜ੍ਹੀ ਇੱਦਾਂ ਹੀ ਚੀਜ਼ਾਂ ਚੱਲਦੀਆਂ। ਸੋ ਅੰਤ ਦੇ ਵਿੱਚ ਮੇਰੀ ਬੇਨਤੀ ਹੈ ਕਿ ਲਾਈਕ, ਸ਼ੇਅਰ, ਕਮੈਂਟ ਕਰਦਿਆ ਕਰੋ, ਖਰੀਦ ਲਿਆ ਕਰੋ। ਸਾਡੇ ਨੰਬਰਸ ਹੈਗੇ ਆ 8056-4197-950-120-84 'ਤੇ। ਮੇਰੀ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਇਹਨਾਂ ਇਹ ਪੰਜਾਬੀ ਸੱਭਿਆਚਾਰ ਦੀ ਜਿਹੜੀ ਆਪਣੀ